ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਮੋਟਰਸਾਈਕਲ ਅਤੇ ਟਰੱਕ ਦੇ ਵਿੱਚ ਸਿੱਧੀ ਟੱਕਰ ਹੋ ਜਾਣ ਦੇ ਕਾਰਨ ਮੋਟਰਸਾਈਕਲ 'ਤੇ ਸਵਾਰ ਪਿਓ ਪੁੱਤ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫਕੀਰ ਕਲੋਨੀ ਅੰਮ੍ਰਿਤਸਰ ਅਤੇ ਹਾਣੀ ਪੁੱਤਰ ਮਲਕੀਤ ਸਿੰਘ ਅਤੇ ਮਲਕੀਤ ਸਿੰਘ ਦੀ ਸਾਲੇਹਾਰ ਜਸਬੀਰ ਕੌਰ, ਪਤਨੀ ਮੰਗਾ ਸਿੰਘ ਵਾਸੀ ਚੁਸਲੇਵਾਟ ਅਤੇ ਉਸਦਾ ਲੜਕਾ ਹਾਰਦਿਕ ਸਿੰਘ ਜੋ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਚੁਸਲੇਵਾੜ ਤੋਂ ਖੇਮ ਕਰਨ ਨੂੰ ਜਾ ਰਹੇ ਸਨ ਅਤੇ ਜਦ ਉਹ ਦਾਸੂਵਾਲ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਲਾਗੇ ਪਹੁੰਚੇ ਤਾਂ ਸਾਹਮਣੇ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਉਹਨਾਂ ਦੀ ਸਿੱਧੀ ਟੱਕਰ ਹੋ ਗਈ ਅਤੇ ਜਿਸ ਨਾਲ ਮੌਕੇ 'ਤੇ ਹੀ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਹਣੀ ਪੁੱਤਰ ਮਲਕੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ 'ਤੇ ਸਵਾਰ ਮਲਕੀਤ ਸਿੰਘ ਦੇ ਨਾਲ ਬੈਠੀ ਉਸਦੀ ਸਾਲੇਹਾਰ ਅਤੇ ਉਸਦਾ ਬੇਟਾ ਹਾਰਦਿਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਜ਼ਿਰੇ ਇਲਾਜ ਭੇਜ ਦਿੱਤਾ ਹੈ। ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਸਹੁਰੇ ਪਰਿਵਾਰ 'ਚ ਗਿਆ ਸੀ, ਪਰਸੋਂ ਦਾ ਉੱਥੇ ਗਿਆ ਸੀ ਅਤੇ ਵਾਪਸ ਜਾਂਦੇ ਸਮੇਂ ਆਪਣੇ ਪਿੰਡ ਨੂੰ ਆ ਰਿਹਾ, ਰਾਹ 'ਚ ਐਕਸੀਡੈਂਟ ਜਿਹੜਾ ਉਹ ਟਰੱਕ ਦੇ ਨਾਲ ਆਹਮੋ ਸਾਹਮਣੇ ਟੱਕਰ ਹੋਈ ਹੈ ਜੀ। ਅਤੇ ਕਿੰਨੀਆਂ ਸੱਟਾਂ ਲੱਗੀਆਂ ਅਤੇ ਕਿੰਨੇ ਜਣੇ ਡੈਥ ਹੋਈ ਜੀ? ਇਹਨਾਂ ਦੇ ਇਹਦਾ ਮੁੰਡਾ ਅਤੇ ਦੋਵੇਂ ਪਿਓ ਪੁੱਤਾਂ ਦੀ ਡੈਥ ਹੋ ਗਈ ਹੈ ਜੀ ਅਤੇ ਘਰ ਵਾਲੀ ਉਹਨਾਂ ਦੀ ਸੀਰੀਅਸ ਹੈ, ਇੱਕ ਬੱਚਾ ਛੋਟਾ ਉਹਦੇ ਸੱਟ ਲੱਗੀ ਹੋਈ ਹੈ। ਇਹ ਸਭ ਉਹ ਆਪਣੇ ਸਾਲੇ ਨੂੰ ਗਿਆ ਸੀ ਖੇਮ ਕਰਨਾ, ਉਹ ਸਵਾਰ ਆਇਆ ਸੀ, ਰਾਹ 'ਚ ਐਕਸੀਡੈਂਟ ਹੋ ਗਿਆ ਇਹਨਾਂ ਦਾ ਅਤੇ ਕਦੀ ਕਦੀ ਡੈਥ ਹੋਈ ਹੈ ਜੀ। ਇਹ ਪਿਓ ਪੁੱਤ ਮਰ ਗਏ ਆ ਅਤੇ ਘਰ ਵਾਲੀ ਸੀਰੀ ਉਹ ਵੀ ਨਵੇਂ ਪਈ ਚਲੇ। ਮੋਟਰਸਾਈਕਲ 'ਤੇ ਮਲਕੀਤ ਸਿੰਘ ਆ ਰਿਹਾ ਸੀ ਅੰਮ੍ਰਿਤਸਰ ਰਹਿਣ ਵਾਲਾ, ਨਾਲ ਉਹਦੀ ਸਾਲਿਆ ਰਹੀ ਜਸਬੀਰ ਕੌਰ, ਦੋ ਉਹਦੇ ਆਪਣੇ ਬੱਚੇ ਸੀ। ਇਹ ਜਦੋਂ ਦਾਸੂਵਾਲ ਮੰਡੀ ਲੱਗੇ ਆਏ ਤਾਂ ਸਾਹਮਣੇ ਤੋਂ ਟਰੱਕ ਤੇਜ਼ ਕਾਰ ਟਰੱਕ ਦੇ ਵਿੱਚ ਵੱਜੇ, ਜੋ ਮਲਕੀਤ ਸਿੰਘ ਉਹਦਾ ਲੜਕਾ ਹਰਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਾਲਿਆ ਅਤੇ ਉਹਦੇ ਲੜਕਾ ਜਿਹੜਾ ਹਰਦਿਕ ਗੰਭੀਰ ਸੁਣਾ। ਜਾਗਰਤੀ ਲੈਣ ਲਈ ਭਿੱਖੀਵਿੰਡ ਤੋਂ ਹਰਮਨ ਮਾਂ ਦੀ ਰਿਪੋਰਟ।